माशाल्लाह मैंने पदेशी तीला लगन डे ने है कौन ने है कौन ने चोरी शमशेर जी अच्छा अच्छा उन्होंने नाल आए नहीं 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 मैं ही है जी चोरी शमशेर वो तू चौधरी है ओ चौधरी दी पग दा तुरला तेरे नालों तगड़ा हुंदा आए किधर हो मैनू ये तो दसो साडे बंदे दा केस पै गया जी यानी कि कोई मोबाइल शोबाइल चुके है नहीं जी पेट्रोल पंप लुटे की लुटिया है शक्लो चोर लगता पे नहीं सर असी चोरिया की चोरी की भी हो ते वेखो कि आए किस वकील दे कोल मैं इंज इस केस चो कढांगा ਜਿਵੇਂ ਮੱਖਣ ਚੋਂ ਖੋਤਾ ਕੱਢੀ ਦੇ ਨਹੀਂ ਨਹੀਂ ਜੀ ਮੱਖਣ ਚੋਂ ਵਾਲ ਹੁੰਦਾ ਜਦੋਂ ਖੋਤੇ ਨੂੰ ਇਤਰਾਜ਼ ਨਹੀਂ ਗਾ ਤੇ ਤੂੰ ਕਿਉਂ ਵਿੱਚ ਬੋਲ ਰਹੇ ਇਹ ਸਰ ਫੀਸ ਕਿੰਨੀ ਹੋਏਗੀ ਇਹ ਹੋਏਗਾ ਜੀ 12,000 ਪਾਉਂਡ 12,000 ਸੌ ਗਏ ਹੋ 500 ਨਾਲ ਕੰਮ ਨਹੀਂ ਮੁੱਕਦਾ ਜੀ 500 ਪਾਉਂਡ ਬਾਹਰ ਨਿਕਲ ਏਡੇ ਵੱਡੇ ਵਕੀਲ ਕੋਲ ਆਏ ਤੇ 500 ਪਾਉਂਡ ਕਹੀ ਜਾ ਰਹੇ ਪਾਰਡਨ ਸਰ ਮੈਂ ਇਹ ਮਸਲਾ ਹੱਲ ਕਰ ਲੈਣਾ ਸਰ देखो जी ना तुहाडे 12,000 पाउंड ना उन्हां दे 500 पाउंड असी तुहानू देंगे 750 पाउंड है उठो ए हुण डन ने जी चंगी भली 500 दी गल मुकण रही सी 250 वाल तो आता बैठो सिट सर थैंक यू सर देखो जी बंदियां तुहाडियां दे केस मुक जाणगे लेकिन इन्हां नूं डिपोर्ट होना पएगा यार पैसे भी देने ने ते फिर डिपोर्ट फिर कहिंदे बूटा गाणा कढ़दा बूटा गाल कटे हाँ इधर इन्हें गाल करनी इधर मैं अपने दफ्तर चो बाहर कट देना भाजी गल पता असल दे विच की है कि जे इन्हें मैं बरी करा भी लवां फिर भी इन्हें डिपोर्ट होना ही पैना चले गए मुल्को बाहर जाना जे हाँ जी जी पक्की गल पैसे पुहे है जे कोल बस ठीक है फिर समझो तुहाडे मुंडे अपना कल परसों इन्हां दा लवाने असी ओह टोंकी ते 2 तो 3 घंटे दे विच मुल्को बाहर थैंक यू सर बहुत शुक्रिया ਇਹੋ ਲੱਗਦਾ ਟਰੱਕ ਤੇ ਖੜਾ ਇਹਦੇ ਚ ਵੜਨਾ ਕਿਵੇਂ ਯਾਰ ਉਹ ਬੜਾ 120 ਦੀ ਸਪੀਡ ਤੇ ਜਾਣ ਡਿਆ ਕਿਉਂ ਤਾਂ ਟਰੱਕ ਹੈ ਜਾ ਕੇ ਚੜ ਜਾਓ ਉਹ ਗੱਲ ਸੁਣ ਮਾੜਾ ਜਿਹਾ ਗਾਹ ਕੇ ਲੁਕਿਓ ਪਿੱਛੇ ਆਂਦੇ ਸੂਏ ਮਾਰ ਮਾਰ ਚੱਕ ਕਰਦੇ ਹੁੰਦੇ ਜੀ ਮੇਰੇ ਪਿੰਡ ਦਾ ਸੂਆ ਆਰ ਪਾਰ ਹੋ ਗਿਆ ਸੀ ਤੇ ਚਾਚਾ ਉਸ ਟਰੱਕ ਇਸ ਤੋਂ ਕਿਉਂ ਨਹੀਂ ਸੀ ਬਾਰਾਂ ਲੈ ਤੇ ਆਪ ਜ਼ਰੂਰੀ ਹੈ ਸਾਡੇ ਪਿੰਡ ਦੇ 8 ਬੰਦੇ ਡੰਕੀ ਤੇ ਗਏ ਸਨ 6 ਰਾਹ ਚ ਮਾਰ ਗਏ ਸਨ 2 ਬੱਚੇ ਸਨ ਚਲੋ 2 ਤੇ ਬਚ ਜਾਂਦੇ ਨੇ ਨਾ ਯਾਰ ਸਫਰ ਤੇ ਚੱਲਿਆ ਖੈਰ ਦੀ ਗੱਲ ਕਰੋਗੇ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਯਾਰ ਮੈਂ ਕਹਿੰਦਾ ਰਕੀਨਾ ਨੂੰ ਫੋਨ ਕਰਦੇ ਆ ਇਹਨੋਂ ਮੇਰੇ ਇਸ਼ਕੀ ਗਲੀਆਂ ਚ ਰੁਲਦੀ ਫਿਰੇ ਉਹ ਯਾਰ ਤਬਰੇਜ਼ ਮੈਂ ਨਾ ਤੈਨੂੰ ਇੱਕ ਗੱਲ ਦੱਸਣੀ ਕੀ ਉਹ ਜਿਹੜਾ ਨਾ ਰਕੀਨਾ ਵਾਲੇ ਚੱਕਰ ਦੇ ਵਿੱਚ ਹੂੰ ਨਾ ਕਰ ਯਾਰ ਸਾਰਾ ਰਸਤਾ ਮੈਨੂੰ ਗਾਲਾਂ ਕੱਢਦਾ ਜਾਏਗਾ ਯਾਰ ਮੈਂ ਕਿਉਂ ਗਾਲਾਂ ਕੱਢਣੀਆਂ ਨੇ ਕੀ ਗੱਲ ਹੈ ਪਰ ਯਾਰ ਤਬਰੇਜ਼ ਕਹਿਣਾ ਤੈਨੂੰ ਇਹ ਆ ਮੈਂ ਰਕੀਨਾ ਨੂੰ ਦੱਸ ਦੂੰਗਾ ਪਿੱਛੋਂ ਕਿ ਤੂੰ ਗਿਆ ਹਾਂ ਦੱਸ ਦੇਗਾ ਜਿੰਦਰ ਉਹ ਸੁੱਕੋ ਨੂੰ ਵੀ ਦੱਸ ਦੇਣਾ ਹੈ ਤੇ ਉਹਦੀ ਲਾਨੀ ਨੂੰ ਗੋਲੀ ਮਾਰ ਦੇ ਯਾਰ 2 ਦਿਨ ਵਾਸਤੇ ਨੈਟ ਬੰਦ ਕਰ ਦੇ ਕੀ ਫਰਕ ਪੈਂਦਾ ਨਾਲੇ ਤੁਸੀਂ ਜਾਓ ਖੈਰ ਨਾਲ ਅੱਲਾ ਤੁਹਾਡੇ ਸਫ਼ਰ ਦੀਆਂ ਆਸਾਨੀਆਂ ਕਰੇ ਚੰਗਾ ਬਿੱਲੇ ਉਸ ਸਰਾਣੇ ਦੇ ਥੱਲੇ ਮੈਂ ਤੇਰੇ ਲਈ ਜ਼ਰੂਰੀ ਚੀਜ਼ ਰੱਖੀ ਉਹ ਲਿੱਲੀ ਆ ਕੀ 150 ਲਾਨਤ ਲਿਖ ਕੇ ਰੱਖੀ ਰੋਜ਼ ਦੀਆਂ 2 ਲੈਣੀਆਂ ਚੱਲ ਚੰਗਾ ਕੀਤਾ ਸਾਰੀਆਂ ਇੱਥੇ ਛੱਡ ਚੱਲਿਆ ਤੈਨੂੰ ਤੇ ਉੱਥੇ ਬਥੇਰੀਆਂ ਪੈ ਨਹੀਂ ਲੈ ਦੇ ਗਿਆ ਫਿਰ ਯਾਰ ਯੂਪੀ ਰਹਿ ਰਹੇ ਇਲੀਗਲ ਇਮੀਗ੍ਰੈਂਟ ਨੂੰ ਚੋਰ ਲੁਟੇਰਿਆਂ ਦੀ ਨਜ਼ਰਾਂ ਤੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਸਿਟੀਜ਼ਨਸ਼ਿਪ ਇਸ ਗੱਲ ਦਾ ਬਹੁਤ ਰੋਸ਼ ਹੈ ਕਈ ਤਰ੍ਹਾਂ ਦੀ ਵੀਡੀਓਜ਼ ਵੀ ਵਾਇਰਲ ਹੋ ਰਹੀ ਹੈ ਜਿਨ੍ਹਾਂ 'ਚ ਇਲੀਗਲ ਇਮੀਗ੍ਰੈਂਟ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ ਜਿੰਦਰ ਛੱਡ ਜਾ ਤੋਰੀ ਇਹਨਾਂ ਨੂੰ ਨਹੀਂ ਜਾਣਾ ਯਾਰ ਕਿਉਂ ਨਹੀਂ ਜਾਣਾ ਉਹ ਉਹਨਾਂ ਦੇ ਇੰਨੇ ਪੈਸੇ ਲੱਗੇ ਨੇ ਯਾਰ ਜਿਹੜੀ ਗਲਤੀ ਕੀਤੀ ਨਹੀਂ ਉਹਦੇ ਕਰਕੇ ਸਾਰੇ ਕੱਚੇ ਬਦਨਾਮ ਹੋਣ ਡੇ ਨਹੀਂ ਜਾਣਾ ਯਾਰ ਲੋਕਾਂ ਦਾ ਤੇ ਕੰਮ ਹੀ ਰੌਲਾ ਪਾਉਣਾ ਇਹਨਾਂ ਦੀ ਗੱਲ ਕਿਹਨੇ ਸੁਣਨੀ ਹੈ ਜਾਣਦੇ ਇਹਨਾਂ ਨੂੰ ਚਾਚਾ ਨਹੀਂ ਜਾਣਾ ਯਾਰ ਨਹੀਂ ਜਾਣਾ ਤਾਂ ਫਿਰ ਕੀ ਕਰਨਾ ਪ੍ਰੂਵ ਕਰਾਂਗੇ ਕੀ ਪ੍ਰੂਵ ਕਰਾਂਗੇ ਬਈ ਇਹ ਦੋਵੇਂ ਬ੍ਰਿਟਿਸ਼ ਨੇ ਜਿਸ ਦਿਨ ਫੜ ਗਿਆ ਉਸੇ ਦਿਨ ਹੀ ਰਿਪੋਰਟ ਕਰਨਗੇ ਅਗਲ ਇਦਾਂ ਕਿਦਾਂ ਕਰ ਦੇਣਗੇ ਰਿਪੋਰਟ ਯਾਰ ਕੀਤਾ ਕੀ ਭਾਵੇਂ ਨਹੀਂ ਕੀਤਾ ਕੁਝ ਪਰ ਕੀ ਕਰਾਂਗੇ ਕਿੰਨੇ ਸੁਣਨੀ ਆਪਣੀ ਸੁਣਨਗੇ ਯਾਰ ਲੜਾਂਗੇ ਅਸੀਂ ਯਾਰ ਆਪਣੀ ਦਿਹਾੜੀ ਸਾਡੇ ਕੋਲ ਪੂਰੀ ਨਹੀਂ ਹੁੰਦੀ ਕੀ ਲੜਾਂਗੇ ਆਪਾਂ ਜਾਣਦੇ ਉਹਨਾਂ ਨੂੰ ਇਹਨਾਂ ਨੂੰ ਪੁੱਛ ਲਓ ਫਿਰ ਜਾਣਾ ਉੱਥੇ नहीं जाना यार।
ਡਿਪੋਰਟ ਕਰ ਦੇਣ ਤੇ ਕਰ ਦੇਣ। ਅਸੀਂ ਪੰਜਾਬ ਨੂੰ ਬਦਨਾਮ ਨਹੀਂ ਹੋਣ ਦੇਣਾ। ਹਾਂ ਯਾਰ, ਕਿਸੇ ਨੇ ਕਹਿਣਾ ਬੂਟਾ ਦੇ ਤਬਰੇ ਚੋਰ ਨੇ, ਸਭ ਨੇ ਕਹਿਣਾ ਪੰਜਾਬੀ ਚੋਰ ਨੇ। ਨਹੀਂ ਜਾਣਾ ਯਾਰ, ਡਿਪੋਰਟ ਕਰ ਦੇਣੇ ਤੇ ਕਰ ਦੇਣ, ਨਹੀਂ ਜਾਣਾ।